ਫੈਕਸ਼ਨ ਹੁਣ ਗੁੰਜਾਇਸ਼ ਨਹੀਂ ਕਿ ਨਾ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੇ ਇਹ ਸਵਾਲ ਬਹੁਤ ਵੱਡਾ ਹੈ ਜਵਾਬ ਮੇਰੇ ਕੋਲ ਹੈ ਨਹੀਂ ਤੇ ਗੱਲ ਕਰ ਰਹੇ ਹੋ ਨਾ ਦੋ ਦੋ ਤਿੰਨ ਤਿੰਨ ਕੈਂਡੀਡੇਟ ਨੇ ਤੇ ਸਾਡੇ ਮੁਖਾਲਫੀਨ ਤੇ 4 ਸਾਲੇ ਗੱਲ ਕਰਦੇ ਰਹੇ ਨੇ ਇਹਨਾਂ ਨੂੰ ਕੈਂਡੀਡੇਟ ਕੋਈ ਨਹੀਂ ਲੱਭਣਾ ਅਸਲਾਮ ਅਲੈਕਮ ਜੀ ਦੋਸਤੋ ਮੈਂ ਤੁਹਾਡਾ ਭਰਾ ਅਮਰ ਗਾਜ਼ੀ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰੇ ਖਿਦਮਤਾਂ ਦਾ ਵੀ ਨਾ ਨਹੀਂ ਹੋਵੇ ਤੇ ਇਸ ਨੰਬਰ ਉੱਤੇ ਸਾਹਿਬ ਮਾਸ਼ਾਅੱਲਾ ਬੜਾ ਇਤਮਾਮ ਕੀਤਾ ਜੀ ਤੁਸੀਂ ਬੜਾ ਵੱਡਾ ਲੋਕ ਆਪਣੇ ਆਪ ਆਏ ਨੇ ਜੀ ਲਿਆਂਦੇ ਨਹੀਂ ਆਪਣੇ ਕੀਤੇ ਨੇ ਸਾਡਾ ਹਮੇਸ਼ਾ ਇਹ ਰਿਹਾ ਹੈ ਸਾਥੀਆਂ ਨੂੰ ਅਸੀਂ ਸਨੇਹਾ ਭੇਜਣੇ ਤੇ ਆਪਦੇ ਨੇ ਔਰ ਸਾਡੀ ਜਿਹੜੀ ਉਪਰ ਤੇ ਭੈਣਾ ਭਰਾ ਦੇ ਸਾਡੇ ਔਰ ਸਾਡੀ ਸ਼ਰਬਾਇਤ ਦੀ ਹੈ ਤੇ ਨਾ ਬੰਦੂਕਾਂ ਦੀ ਨਾ ਬਦਮਾਸ਼ਾਂ ਦੀ ਨਹੀਂ ਸ਼ਰਾਫਤ ਦੇ ਤੇ ਅੱਲਾ ਮਦਾਰ ਹੋਏ ਦੀ ਕੋਈ ਦੇਖੋ ਜੀ ਇਹ ਇੱਕ ਅੱਲਾ ਦਾ ਫਜ਼ਲ ਹੈ ਕਿ ਐਸ ਕੁਵਤ ਤੂੰ ਸਾਡੇ ਮੁਖਾਲਫ ਘਬਰਾਉਂਦੇ ਨੇ ਜੀ ਅੱਛਾ ਨਵਾਬ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਇਲੈਕਸ਼ਨ ਦੇ ਹਵਾਲੇ ਨਾਲ ਤੁਸੀਂ ਵੇਖ ਰਹੇ ਹੋ ਇਲੈਕਸ਼ਨ ਜਿਸ ਤਰ੍ਹਾਂ ਕਿ ਸੁਪਰੀਮ ਕੋਰਟ ਨੇ ਵੀ ਹੁਕਮ ਦਿੱਤਾ ਜੀ ਜੋ ਮੈਂ ਵੇਖਦਾ ਤਸਾ ਤੇ ਫਿਰ ਕੱਲ ਠੀਕ ਨਹੀਂ ਸਾਨੂੰ ਤੇ ਪਤਾ ਅਸੀਂ ਰੋਜ਼ ਇਲੈਕਸ਼ਨ ਵੀ ਝੋਨੇ ਆ ਸੁਬਾ ਉੱਠਨੇ ਆ ਤੇ ਨਿਕਲ ਜਾਂਦੇ ਹਲਕੇ ਦੇ ਵਿੱਚ ਅਗਰ ਇਲੈਕਸ਼ਨ ਆ ਗਿਆ ਉਹ ਮੇਰੇ ਵੇਖਿਆ ਨਹੀਂ ਆਵਣਾ ਜਿਨ੍ਹਾਂ ਨੇ ਲਿਆਵਣਾ ਜਾਂ ਜਿਨ੍ਹਾਂ ਨੇ ਨਹੀਂ ਲਿਆਵਣਾ ਹੋਇਆ ਤੇ ਅਸੀਂ ਤਿਆਰ ਹਾਂ ਤੇ ਜੇ ਨਾ ਹੋਇਆ ਤੇ ਅਸੀਂ ਜਾ ਰਹੀ ਹਾਂ ਤੁਹਾਡਾ ਆਪਣਾ ਕੀ ਸੋਚ ਤੁਸੀਂ ਕੀ ਕਰਨ ਦੇ ਹੋ ਮੇਰੀ ਸੋਚ ਹੈ ਜੀ ਕਿ ਫੈਕਸ਼ਨ ਹੁਣ ਗੁੰਜਾਇਸ਼ ਨਹੀਂ ਕਿ ਨਾ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਸਹੀ ਹੈ ਜਾਂ ਗਲਤ ਹੈ ਮੈਂ ਉਹਦੇ ਤੇ ਰਾਜ ਨਹੀਂ ਦੇਂਦਾ ਇਹ ਫੈਕਸ਼ਨ ਨੇ ਸਾਡੇ ਮੈਨੇਜਰਾਂ ਦੇ ਹੱਥ ਵਿੱਚ ਆ ਅਸੀਂ ਤਾਂ ਲੜਨ ਆਉਂਦੇ ਹਾਂ ਬਸ ਹੋ ਗਿਆ ਤੇ ਲੜਾਂਗੇ ਨਾ ਹੋਇਆ ਤੇ ਅਸੀਂ ਜਾ ਰਹੀ ਹਾਂ ਫਿਲਹਾਲ ਤੇ ਮੁਲਕੋਂ ਬਾਹਰ ਟੁੱਟ ਗਏ ਫਿਰ ਵੇਖਾਂਗੇ ਦੀ ਖੇਡ ਹੀ ਹੋ ਰਹੀ ਸਕਾਫਤ ਹੋ ਰਹੇ ਕਲਚਰ ਹੋ ਰਿਹਾ ਚਲਕੇ ਦਾ ਸਾਰੀ ਅਲੱਗ ਅਲੱਗ ਬਰਾਦਰੀ ਤੁਹਾਡੀ ਬੈਠੀ ਹੋਈ ਸਾਡੇ ਮੁਤਾਬਕ ਸਾਨੂੰ ਪੁੱਛੋ ਤੁਹਾਡੀ ਤਰਫੋਂ ਕੈਂਡੀਡੇਟ ਨਵਾਬਜ਼ਾਦਾ ਹਦਰਮੈਂਦੀ ਸਾਹਿਬ ਬੈਠੇ ਨੇ ਜੀ ਅੱਗੇ ਵੀ MPSC ਟਿਕਟ ਹੋਲਡਰ ਸੀ ਹੁਣ ਵੀ ਹੋਏ ਔਰ ਮੈਥੋਂ ਮੈਂ ਨਵਾਜ਼ ਹੈ ਫਿਲਹਾਲ ਟਿਕਟ ਹੋਲਡਰ ਹੋਈ ਹੈ ਅਲੀ ਬੜਾਇਤ ਸਾਹਿਬ ਵੀ ਕਹਿੰਦੇ ਸਨ ਕਿ ਮੈਂ ਵੀ ਨਹੀਂ ਨਾ ਜੀ ਫਿਲਹਾਲ ਜੋ ਸੂਰਤ ਹਾਲ ਹੈ ਉਹ ਹੀ ਨੇ ਜਿਹੜੇ ਟਿਕਟ ਹੋਲਡਰ ਨੇ ਅਗਲੀਆਂ ਟਿਕਟਾਂ ਦੀ ਦਰਖਾਸਤਾਂ ਦੀ ਹੋਣੀਆਂ ਨੇ ਜੀ ਹਲਕੇ ਦੀ ਆਵਾਮ ਮੁਸਲਿਮ ਲੀਗ ਨੂਨ ਦੇ ਜ਼ਿਲ੍ਹਾ ਗੁਜਰਾਤ ਦੇ ਸੀਨੀਅਰ ਸਦਰ ਨੇ ਦਿੱਲੀ ਸਦਰ ਔਰ ਮੁਸਲਿਮ ਲੀਗ ਨੂਨ ਦੀਆਂ ਸਰ ਟਿਕਟ ਦੇ ਹਵਾਲੇ ਨਾਲ ਅਗਰ ਮੈਂ ਗੱਲ ਕਰਾਂ ਤਾਂ ਹਲਕਾ PP 31 ਅਤੇ 32 ਮੁਸਲਿਮ ਲੀਗ ਨੂਨ ਦੇ ਵਿੱਚੋਂ ਹੀ ਦੋ ਦੋ ਤਿੰਨ ਤਿੰਨ ਉਮੀਦਵਾਰ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਅਤੇ ਕੀ ਇਹਦੇ ਨਾਲ ਕੋਈ ਪਾਰਟੀ ਕਲੈਸ਼ ਜਾਂ ਕੋਈ ਅਜੇ ਤੱਕ ਟਿਕਟਾਂ ਕਨਫਰਮ ਨਹੀਂ ਹੋਈਆਂ ਜੀ ਇਹ PP ਮੈਂ 31 ਅਤੇ 32 ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਅਗਰ ਮੈਂ ਗਲਤ ਨਹੀਂ ਤਾਂ ਇਹ ਪੁਰਾਣੇ ਨੰਬਰ 28-29 ਨੇ ਜਿਹੜੇ ਅਜੇ ਤੱਕ ਚੱਲ ਰਹੇ ਦੇਖੋ ਇਸ ਅਲਹਮਦੁਲਿਲਾ ਕਿਉਂਕਿ ਇੱਕ ਬਹੁਤ ਵੱਡੀ ਪਾਰਟੀ ਹੈ ਮੁਸਲਿਮ PML ਗੁਜਰਾਤ ਜ਼ਿਲ੍ਹੇ ਦੀ ਮਜ਼ਬੂਤ ਤਰੀਨ ਔਰ ਆਮ ਪਾਰਟੀ ਸਭ ਤੋਂ ਵੱਡੀ ਪਾਰਟੀ ਅਤੇ ਲਿਆਦਾ ਇਹ ਅਹਿਮ ਜਮਹੂਰੀ ਰੱਦ ਅਮਲ ਹੈ ਕਿ ਹਰ ਹਲਕੇ ਦੇ ਵਿੱਚ ਤੁਸੀਂ ਤਾਂ ਗੱਲ ਕਰ ਰਹੇ ਹੋ ਨਾ ਦੋ ਦੋ ਤਿੰਨ ਤਿੰਨ ਕੈਂਡੀਡੇਟ ਨੇ ਅਤੇ ਸਾਡੇ ਮੁਖਾਲਫੀਨ ਤਾਂ 4 ਸਾਲੇ ਗੱਲ ਕਰਦੇ ਰਹੇ ਨੇ ਇਹਨਾਂ ਨੂੰ ਕੈਂਡੀਡੇਟ ਕੋਈ ਨਹੀਂ ਲੱਭਣਾ ਲੇਕਿਨ ਜਿੰਨੇ ਵੀ ਕੈਂਡੀਡੇਟ ਨੇ ਉਹ ਅਹਿਮ ਜਮਹੂਰੀ ਤਰੀਕਾ ਲੇਕਿਨ ਇੱਕ ਗੱਲ ਮੈਂ ਇੰਤਹਾਈ ਸਮਝਦਾਰੀ ਨਾਲ ਕਹਿੰਦਾ ਕਿ ਇਨਸ਼ਾਅੱਲਾ ਜਦੋਂ ਪਾਰਟੀ ਡਿਸਾਈਡ ਕਰ ਦੇਗੀ ਕਿ ਟਿਕਟ ਕਿਹਨੂੰ ਮਿਲਣਾ ਤੇ ਫਿਰ ਸਭ ਪਾਰਟੀ ਟਿਕਟ ਨਾਲ ਚੱਲਣਗੇ ਇਨਸ਼ਾਅੱਲਾ ਬਹੁਤ ਸ਼ੁਕਰੀਆ ਜੀ ਤੇ ਸਰ ਤੁਸੀਂ ਆਪਣੀ ਤੁਹਾਡੀ ਟਿਕਟ ਜਿਹੜੀ ਤੁਸੀਂ ਬੜੀ ਕੱਲੇ ਸਟਰਗਲ ਕੀਤੀ ਸੀ ਖਾਨਦਾਨ ਵਿੱਚ ਇਖਤਲਾਫਾਤ ਵੀ ਰਹੇ ਬੜੀ ਖੁਸ਼ੀ ਦੀ ਗੱਲ ਹੈ ਕਿ ਖਾਨਦਾਨ ਦੇ ਆਪਣੇ ਇਖਤਲਾਫਾਤ ਖਤਮ ਕੀਤੇ ਮਿਲ ਬੈਠੇ ਤੇ ਤੁਸੀਂ ਉਹਨਾਂ ਆਪਣੀ ਰਜ਼ਾਮੰਦੀ ਨਾਲ ਜਾਂ ਕੋਈ ਡੀਲ ਹੋਈ ਹੈ ਕਿ ਖਾਨਦਾਨ ਦੇ ਵਿੱਚ
रजामंदी तो डील ही अगर मैं कोई तफरीक करके दसो तो शायद मैं मदद कर सकता। डील होंगी है कि चलो ठीक है टर्म तुम्हें भी लोग नहीं पहले लगा रजामंदी होंगी कि मैं खानदान दे देखो साड़ी फहमी रजामंदी फहमी मशावरत नाल और ना कि सिर्फ खानदान दी नाल है तो नहीं कि असं खानदान के अंदर बह के फैसला करते हैं अपने हल्के दोस्तों की मशावरत के नाल ये फैसला किया है कि जेडे साढ़े दो कैंडीडेट होने वो मुश्तरक कैंडीडेट होंगे और अलहमदुल्ला मैं समझना कि मतलब ये साढ़े वास्ते आजाज़ है और अल्लाह तबारक तआला की खसूसी मेहरबानी है कि अल्लाह तबारक तआला ने सू इंतहाई बेहतरीन और मजबूत साथी दिते ने जिन्हों सियासी तलक नहीं बल्कि जाती वास्ता है और एक मजबूत साड़ा ग्रुप धड़ा और पार्टी मौजूद है और इंशाल्लाह मुतफिका तौर पर सारे मामला चलेंगे साडा जो मतलब फैसला यह होया और सारे जिले च उम्मीदवार जड़े ने मुतफिका उम्मीदवार इंशाल्लाह कोई राय नहीं। सुप्रीम कोर्ट का फैसला आ गया इलेक्शन कराओ देख रहे हो इलेक्शन? देखो जी मैं कभी भी लॉ का स्टूडेंट नहीं रहा और ना मेरी कोई कानून से दस्तरस है ये सुप्रीम कोर्ट क्योंकि आला अदलिया आला इस मुल्क की अदलिया की आला अदालत है यकीनन उस फैसले की अगर कोई तशरीह या कोई कमी मतलब वो कुछ पॉइंट्स दे विच कोई मामला है ने तो यह कोई कानूनी माहिर ही इस नुकते नु बयान कर सकता है मेरी मेरी इस्तात इन्नी नहीं अपने और अमीयत अमल कॉन्स्टिट्यूशन की भी जो इस मुल्क का अमीयत अमल है लेकिन जो जाती राय की गल करते हो तो मेरी जाती राय है कि सब को पहला सानू स्टेट बचानी चाहिए और स्टेट के तफद वास्ते सालमीयत वास्ते जो मुमकिन है सानू करना चाहिए। सर डालर अति 18 रुपये फिर चढ़ गया जी की वजह है कि माशी इस्तेकाम नहीं आता? माशी इस्तेकाम आना शुरू हो गया लेकिन क्योंकि तुसा डालर को फ्री फ्लोट कर दिता है और वो मुताबक जी उतार चढ़ाव देखो ना अगर डालर राति इन्ना चढ़ गया तो डालर 59 रुपये से भी दिया 40 रुपये घटिया भी दिया यकीन मार्केट के डिमांड एंड सप्लाई न जिसले डिमांड बढ़ेगी डालर का रेट बढ़ जाएगा जिसले डिमांड पूरी होगी सप्लाई बढ़ेगी तो घट जाएगा इंशाल्लाह मुशत मेरा ख्याल है कि आने वाले वक्त मुशत बेहतर होगी आने वाले वक्त वेख रहे हो नून लीग की हुकूमत पंजाब विच अगर तुम पूछते हो कि नून लीग की हुकूमत मैनू मैं तो समझना कि नून लीग के अलावा ना इस मुल्क का कोई हल है और अगर अवामी राय के मुताबिक अवामी मैंडेट के मुताबिक हुकूमत बननी है तो अगर नून लीग के अलावा कोई हुकूमत नहीं बल्कि पी डी एफ की हुकूमत बहुत शुक्रिया सर बहुत शुक्रिया मुझे किसी ताहिर मोहम्मद साहब के तासरात सुने उन्होंने ये गल कही कि मैं जाती राय नहीं दे सकता। उम्मीदवार पी पी कत्ती धर्मेंद्री साहब साढ़े को सर बड़ा व्डा कट कथा कट्ठा कर रहे हैं इतने मैं देख रहा जो वर्कर कन्वेंशन हो रहा सूँ ये बारे में थोड़ी जी ब्रीफिंग दो ताकि व्यूअर और सपोर्टर ने जोड़े वो यह जान सकन कि अंदर भी लोगों ने देखा काफ़ी तादाद इतने लोग मौजूद ने सिर्फ गुजरात एन 68 का काफ़ी जी और वर्कर कन्वेंशन तो इस तरह आल पाकिस्तान तो काफिले आ रहे हैं या सिर्फ पंजाब के सर वर्कर कन्वेंशन है डिवीजन गुजरा वाले सिर्फ डिवीजन गुजरा वाले के जेडे जिले ने सात उतु बंदे आ रहे हैं जेडे बंदे देख रहे हो हमेशा असं जो भी कट करने साढ़े एस सब साढ़े वोटर नहीं साड़ा कोई सियासी तलक नहीं साड़ी अलग अलग इस सब हमेशा साड़ा हर फंक्शन यही कामयाब करा सानू बड़ा अगे ही यकीन से मान है कि साढ़े जी साढ़े रिक्वेस्ट उत्ते तशरीफ लैन तो इंशाल्लाह तुम अब वेखोगे वर्कर दूजा वाला वर्कर कन्वेंशन इंशाल्लाह पाकिस्तान का सब तो बड़ा वर्कर इंशाल्लाह। अच्छा सर दूसरा ये कि माशा बहादुर मुदारत का भी बड़ा एहतमाम किया गया है आवाम के पिछला सवाल सिर्फ मेरा इन्ना कि जो तुम अपनी जाति जेब च कर रहे हो या वर्कर कर रहे हैं या पार्टी पॉलिसी है कोई? सर असं देहाती लोग आए मेहमान की खातर करने जिमीदार हैं या साढ़े भरा ने वर्कर नहीं है मैं फिर तुम दस दिया तो जो जी आए हो लगते आए हो तो फिर उन्होंने खिदमत करना भी साड़ा फर्ज है यह सब इन्हों के सिर से ही कौन कर रहे हैं की कर रहे हैं सब तो सांझे ही। अच्छा पीपी कत्ती च सर तुहाडी सीट कन्फर्म है? इलेक्शन डे दसेगा इंशाल्लाह। अच्छा और दूसरा हर कैंडीडेट की ख्वाहिश यही होंगी है कि उसकी कन्फर्मी हो लेकिन वक्त है इंशाल्लाह हालात अच्छे हैं इंशाल्लाह जिस तरह जो भी रिजल्ट आया इलेक्शन पर पूरी तरीके इलेक्शन होंगे वेख दौ जल्द
सर हाली तो सुप्रीम कोर्ट ने ऐलान किए हैं लेकिन अगू चीज़ा मजीद कर चार दिन तक क्लीयर हो रही है। यह सवाल बहुत वड्डा है, जवाब मेरे को है नहीं। बहुत शुक्रिया जी नवाबजादा हरमंदी साहब।